ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਵਿਊਅਰਸ ਮੇਰੇ ਚੈਨਲ 'ਤੇ ਕੋਈ ਨਵਾਂ ਫਰੈਂਡ ਹੈਗਾ ਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗੀ ਬੈੱਲ ਨੂੰ ਵੀ ਪ੍ਰੈਸ ਕਰ ਲਓ, ਜੇ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਤੋਂ ਪਤਾ ਚੱਲ ਜਾਏ ਅਤੇ ਤੁਸੀਂ ਮੇਰੀ ਵੀਡੀਓ ਜਿਹੜੀ ਹੈਗੀ ਸਿੰਪਲ ਵੀਡੀਓਜ਼ ਹੁੰਦੀਆਂ ਨੇ ਡੇਲੀ ਲਾਈਫ 'ਚ ਕੰਮ ਆਉਣ ਵਾਲੀਆਂ ਆਪਣੇ, ਅਤੇ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਅਤੇ ਦੇਖ ਸਕੋ ਵੀਡੀਓ ਮੇਰੀ। ਇਹ ਆਪਾਂ ਬਣਾਇਆ ਹੈਗਾ ਕੁਸ਼ਨ ਕਵਰ, ਸਿੰਪਲ ਬਿਲਕੁਲ ਬਚੇ ਹੋਏ ਕੱਪੜੇ ਦਾ ਬਣਾਇਆ, ਵੀ ਬਿਗਨਰ ਲਈ ਆ, ਜਿਨ੍ਹਾਂ ਨੇ ਨਹੀਂ ਕਦੇ ਸਿਲਾਈ ਕੀਤੀ ਉਹ ਵੀ ਹਰ ਕੋਈ ਇਹਨੂੰ ਬਣਾ ਸਕਦਾ ਹੈ, ਬਿਲਕੁਲ ਸਿੰਪਲ ਆ, ਸੌਖਾ ਆ। ਦੇਖੋ ਕਿੱਦਾਂ ਬਣਾਇਆ ਆਪਾਂ, ਇਸ ਤੋਂ ਪਹਿਲਾਂ ਕੁਸ਼ਨ ਨੂੰ ਆਪਾਂ ਨਾਪ ਲਾਂਗੇ। ਕੁਸ਼ਨ ਜਿਹੜੇ ਵੀ ਸਾਈਜ਼ ਦਾ ਤੁਹਾਡਾ ਵੱਡਾ ਕਿ ਛੋਟਾ ਹੁੰਦਾ ਹੈ, ਜਿਹੜਾ ਇਹ ਹੈਗਾ 15x15x15 ਦਾ ਕੁਸ਼ਨ ਹੈਗਾ ਮੇਰਾ, ਇਸ ਤੋਂ ਛੋਟੇ ਵੀ ਹੁੰਦੇ ਆ। ਮੈਂ ਕੱਪੜਾ ਵੀ ਹੁਣ ਧਿਆਨ ਨਾਲ ਦੇਖੋ, ਮੇਰੇ ਕੋਲ ਬਚਿਆ ਹੋਇਆ ਪੀਸ ਪਿਆ ਸੀਗਾ, ਬਿਲਕੁਲ ਪੂਰਾ ਪੂਰਾ ਹੀ ਆਊਗਾ ਇਹ। ਮੈਂ ਕਿਹਾ ਚਲੋ ਕੁਸ਼ਨ ਕਵਰ ਅੱਜ ਕੱਲ੍ਹ ਅਲੱਗ ਅਲੱਗ ਤਰ੍ਹਾਂ ਦੇ ਰੱਖੇ ਹੁੰਦੇ ਅਤੇ ਸੋਹਣੇ ਲੱਗਦੇ ਆ, ਜ਼ਰੂਰੀ ਨਹੀਂ ਵੀ ਸਾਰੇ ਇੱਕੋ ਜਿਹੇ ਰੱਖੀਏ, ਆਪਾਂ ਅਲੱਗ ਅਲੱਗ ਸੋਹਣੇ ਲੱਗਦੇ, ਇਸ ਕਰਕੇ ਮੈਂ ਕਿਹਾ ਚਲੋ ਬਣਾਉਂਦੀ ਹਾਂ ਅਤੇ ਵੀਡੀਓ ਸ਼ੇਅਰ ਕਰਦੀ ਹਾਂ ਮੈਂ। ਇੱਧਰੋਂ ਦੋਨੇ ਪਾਸੇ ਮੈਂ ਲੈ ਕੇ ਆਹ 16x16 ਇੱਧਰੋਂ ਲੈ ਲਿਆ, 16.5 ਲੈ ਲਿਆ, ਇੱਧਰਲੇ ਪਾਸੇ ਜਿਹੜਾ ਹੈਗਾ ਇੱਕ ਪਾਸੇ ਆਪਾਂ ਜ਼ਿਆਦਾ ਕੱਪੜਾ ਲੈਣਾ, ਇੱਕ ਪਾਸੇ ਆਪਾਂ 15.5 ਜਿੰਨਾ ਸੀ ਉਹ ਲੈ ਲਿਆ। ਤੁਹਾਨੂੰ ਦੱਸ ਦਈਏ ਜ਼ਿਆਦਾ ਕਿਉਂ ਲੈਣਾ ਆਪਾਂ, ਇਹ ਇੱਕ ਪਾਸੇ ਆਪਾਂ 17 ਇੰਚ ਲਿਆ ਵਾ, ਥੋੜ੍ਹਾ ਹੋਰ ਵੀ ਜ਼ਿਆਦਾ ਹੋਵੇ ਤੁਹਾਡੇ ਕੋਲ ਤੁਸੀਂ ਲੈ ਸਕਦੇ, ਮੇਰੇ ਕੋਲ ਇੰਨਾ ਕੁ ਸੀ ਤਾਂ ਮੈਂ ਇੰਨਾ ਹੀ ਕੱਪੜਾ ਰੱਖਿਆ ਆ। ਹੁਣ ਇਹਨੂੰ ਕੱਟ ਲਉਂਗੀ ਮੈਂ, ਬਿਲਕੁਲ ਪੂਰਾ ਪੂਰਾ ਕੱਪੜਾ ਹੈ, ਦੇਖੋ ਉਸ ਤੋਂ ਅੱਗੇ ਘੱਟ ਜਾਂਦੀ ਹੈ ਜੀ ਚੜ੍ਹਾਈ। ਕੱਪੜਾ ਲਿਆ ਕੱਟ ਮੈਂ, ਅਤੇ ਹੁਣ ਜਿਹੜੀ ਉਹ ਸਾਈਡਾਂ ਤੁਸੀਂ ਦੇਖਿਓ ਕਿੱਦਾਂ ਆਊਗਾ, ਇਹ ਇੱਕ ਨਿਸ਼ਾਨ ਆਪਾਂ ਇੱਥੇ ਲਗਾ ਲੈਣਾ ਹੈਗਾ ਆ, 7.5-7 ਇੰਚ 'ਤੇ, 15 ਇੰਚ ਦਾ ਹੈਗਾ ਨਾ ਆਪਣਾ ਕੁਸ਼ਨ, 7.5 ਇੰਚ 'ਤੇ ਆਪਾਂ ਨਿਸ਼ਾਨ ਲਾਉਣਾ ਇੱਥੇ ਦੋਨੇ ਪਾਸੇ, ਕਿਉਂਕਿ ਆਪਣਾ ਕੁਸ਼ਨ ਦਾ ਅਗਲਾ ਪਾਸਾ ਆ ਜਾਣਾ ਆ। ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੱਦਾਂ ਸੀਤਾ ਮੈਂ ਇਹਨੂੰ, ਬਿਲਕੁਲ ਸਿੰਪਲ, ਕੋਈ ਬਹੁਤ ਸਿਲਾਈਆਂ ਨਹੀਂ ਮਾਰਨੀਆਂ, ਕੁਛ ਵੀ ਨਹੀਂ, 2 ਸਿਲਾਈਆਂ ਨਾਲ ਆਪਣਾ ਕੁਸ਼ਨ ਤਿਆਰ ਹੋ ਜਾਣਾ ਆ। ਇੰਨਾ ਕੱਪੜਾ ਆਪਣੇ ਆਪ ਬਚਿਆ ਰਹਿੰਦਾ। ਇਸ ਤੋਂ ਬਾਅਦ ਮੈਂ ਹੋਰ ਵੀ ਤੁਹਾਨੂੰ ਬਚੇ ਹੋਏ ਕੱਪੜੇ ਦੀਆਂ ਬਣਾਉਂਗੀ ਵੀਡੀਓਜ਼, ਤੁਸੀਂ ਦੇਖ ਸਕਦੇ ਬਿਲਕੁਲ ਸਿੰਪਲ ਲਾਈਫ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਘਰ ਵਿੱਚ ਆਪਣੇ ਆਪ ਕੰਮ ਆਉਣ ਵਾਲੀਆਂ, ਉਹ ਵੀਡੀਓ ਸ਼ੇਅਰ ਕਰੂੰਗੀ ਮੈਂ ਇੱਥੇ। ਹੁਣ ਇੱਥੇ ਮੈਂ ਲਾ ਲਈ ਲਾਈਨ, ਆਹ ਦੇਖੋ ਹੁਣ ਕਿੱਦਾਂ ਆਊਗਾ ਇਹਨੂੰ ਮੈਂ ਇੱਦਾਂ ਕਰਕੇ ਆ, ਪਿਛਲੇ ਬੈਕ ਸਾਈਡ ਇੱਦਾਂ ਕਰ ਦੇਣੀ ਹੈਗੀ ਆ, ਪਿੱਛੇ ਦੇਖੋ ਪਿੱਛੇ ਨੇ ਇੱਕ ਦੂਜੇ ਨੂੰ ਉੱਪਰ ਓਵਰਲੈਪ ਕਰ ਲੈਣਾ ਹੈਗਾ, ਅਤੇ ਇੱਦਾਂ ਫਿਰ ਇਹ ਆਹ ਦੇਖੋ ਇੱਦਾਂ ਮੈਂ ਰੱਖੂੰਗੀ ਇਹਨੂੰ, ਇੱਦਾਂ ਕੁਸ਼ਨ ਬਣੂੰਗਾ ਆਪਣਾ ਇਹ। ਸਭ ਤੋਂ ਪਹਿਲਾਂ ਦੋਨੇ ਸਾਈਡਾਂ ਨੂੰ ਮੈਂ ਕਰ ਲੂੰਗੀ ਫੋਲਡ, ਫਿਰ ਮਸ਼ੀਨ 'ਚ ਮੈਂ ਚਲਾ ਰਹੀ ਹਾਂ ਫਿਰਕੀ, ਫਿਰਕੀ ਭਰ ਲਵਾਂ ਪਹਿਲਾਂ ਮੈਂ, ਦੇਖੋ ਫਿਰਕੀ ਮੇਰੀ ਭਰ ਹੋ ਗਈ, ਹੁਣ ਮਸ਼ੀਨ ਦੀ ਫਿਰਕੀ ਜਿਹੜੀ ਹੈਗੀ ਮੈਂ ਮਸ਼ੀਨ ਦੇ ਵਿੱਚ ਪਾ ਦੂੰਗੀ ਇਹਨੂੰ, ਅਤੇ ਮਸ਼ੀਨ 'ਚ ਧਾਗਾ ਪਾ ਕੇ ਆਪਾਂ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ ਕੁਸ਼ਨ ਬਣਾਉਣਾ। ਇਹ ਮਸ਼ੀਨ ਵੀ ਮੇਰੀ ਜਿਹੜੀ ਹੈਗੀ ਇਹਨੂੰ 2-3 ਸਾਲ ਹੋ ਗਏ ਮੈਂ ਲਈ ਨੂੰ, ਪਰ ਬਹੁਤ ਹੀ ਕੰਮ ਦੀ ਮਸ਼ੀਨ ਆ ਇਹ, ਅਤੇ ਬਹੁਤ ਹੀ ਤਰ੍ਹਾਂ ਦੇ ਕੋਈ ਆਪਣੇ ਸਟਾਈਲਿਸ਼ ਜਿਹੇ ਕੱਪੜੇ ਕੋਈ ਵੀ ਕੰਮ ਆਪਾਂ ਇੱਥੇ ਕਰ ਸਕਦੇ ਹਾਂ, ਪੀਕੋ ਵਗੈਰਾ ਵੀ ਹੋ ਜਾਂਦੀ ਆ, ਬਹੁਤ ਤਰ੍ਹਾਂ ਤਰ੍ਹਾਂ ਦੇ ਟਾਂਕੇ ਪਹੁੰਚੇ ਵਗੈਰਾ ਬਣਾਉਣੇ, ਬਹੁਤ ਤਰ੍ਹਾਂ ਦਾ ਆਪਾਂ ਘਰ ਕੰਮ ਕਰ ਸਕਦੇ ਹਾਂ ਜਿਹੜਾ ਆਪਣੇ ਡੇਲੀ ਲਾਈਫ ਦਾ ਹੈਗਾ ਇਹ 'ਚ ਨਾ, ਸਿੰਪਲ ਚੀਜ਼ ਨੂੰ ਬੜੀ ਸੋਹਣੀ ਬਣਾ ਸਕਦੇ ਹਾਂ ਆਪਾਂ ਇੱਥੇ। ਮੈਨੂੰ ਸਟਿਚਿੰਗ ਦਾ ਮੈਨੂੰ ਬਹੁਤ ਸ਼ੌਕ ਰਿਹਾ ਪਹਿਲਾਂ ਤੋਂ ਹੀ, ਅਤੇ ਹੁਣ ਮੈਂ ਦੋਨੇ ਪਾਸੇ ਕਰ ਲੂੰਗੀ ਫੋਲਡ, ਕੱਪੜਾ ਆਪਣੇ ਕੋਲ ਪੂਰਾ ਪੂਰਾ, ਇਸ ਕਰਕੇ ਬਰੀਕ ਫੋਲਡ ਕਰੂੰਗੀ ਬਿਲਕੁਲ। ਤੁਸੀਂ ਜਿੱਪ ਵੀ ਲਾ ਸਕਦੇ, ਜਿੱਪ ਹੈਗੀ ਪਰ ਮੈਂ ਬਿਲਕੁਲ ਸਿੰਪਲ ਬਣਾਇਆ, ਜਿੱਪ ਵਗੈਰਾ ਕਈ ਵਾਰੀ ਖਰਾਬ ਹੋ ਜਾਂਦੀ ਆ, ਜਿਹੜੇ ਆਪਾਂ ਆਮ ਚੜ੍ਹਾਉਂਦੇ ਹਾਂ ਮਸ਼ੀਨ ਵਿੱਚ ਪਾਓ ਅਤੇ ਕਈ ਵਾਰ ਜਿੱਪ ਖਰਾਬ ਹੁੰਦੀ, ਇਸ ਕਰਕੇ ਮੈਂ ਜਿੱਪ ਵਾਲੇ ਨਹੀਂ ਕਦੇ ਬਣਾਉਂਦੀ, ਮੈਂ ਇੱਦਾਂ ਹੀ ਬਣਾਉਂਦੀ ਨੇ ਸਿੰਪਲ ਇਨਵੈਲਪ ਪਿੱਲੋ, ਅਤੇ ਇਹ ਸੌਖੇ ਰਹਿੰਦੇ ਆਪਾਂ ਨੂੰ, ਜਿੱਪ ਖਰਾਬ ਹੋਣ ਦਾ ਕੋਈ ਪੰਗਾ ਨਹੀਂ ਰਹਿੰਦਾ। ਦੇਖੋ ਦੋਨੇ ਪਾਸੇ ਮੈਂ ਕਰ ਲਿਆ ਫੋਲਡ, ਹੁਣ ਮੈਂ ਇੱਧਰ ਨਾ 2 ਨਿਸ਼ਾਨ ਲਾ ਲੂੰਗੀ ਅਗਲੇ ਪਾਸੇ ਡਿਜ਼ਾਇਨ ਬਣਾਉਣ ਲਈ, ਇੱਕ ਇੱਥੇ ਇੱਕ ਥੋੜ੍ਹਾ ਜਿਹਾ ਹਟ ਕੇ ਇੱਥੇ ਲਾ ਲੂੰਗੀ ਉੱਪਰਲੇ ਪਾਸੇ, ਬਸ ਅੰਦਾਜ਼ੇ ਜੇ ਨਾ ਤੁਸੀਂ ਕਿਸੇ ਤਰ੍ਹਾਂ ਵੀ ਤੁਹਾਨੂੰ ਜਿਵੇਂ ਕੋਈ ਚੰਗਾ ਲੱਗਦਾ ਤੁਸੀਂ ਡਿਜ਼ਾਇਨ ਪਾ ਸਕਦੇ ਹੋ, ਤੁਸੀਂ ਨਹੀਂ ਪਾਉਣਾ ਹੈਗਾ ਤਾਂ ਤੁਸੀਂ ਸਿੰਪਲ ਹੀ ਸੀ ਲਓ ਇਹਨੂੰ, ਫਿਰ ਤਾਂ ਬਹੁਤ ਹੀ ਸੌਖਾ 2 ਸੀਣਾ 'ਚ ਤੁਹਾਡਾ ਕੁਸ਼ਨ ਬਣ ਜਾਣਾ ਹੈ। ਇੱਦਾਂ ਹੀ ਮੈਂ ਇੱਧਰਲੇ ਪਾਸੇ ਵੀ ਫੋਲਡ ਕਰਕੇ ਤਾਂ ਉਹਨੇ ਬਰਾਬਰ ਨਿਸ਼ਾਨ ਲਾ ਲਏ ਆ,
ਇਹਨਾਂ ਦੋਨਾਂ ਨੂੰ ਮੈਂ ਆਪਣੇ ਨਿਸ਼ਾਨਾਂ ਨੂੰ ਆਪਸ 'ਚ ਮਿਲਾ ਦੂੰਗੀ। ਹੁਣ ਮੈਂ ਥੋੜ੍ਹੀ ਜਿਹੀ ਮੇਰੇ ਕੋਲ ਕਿਨਾਰੀ ਪਈ ਸੀ ਇਹ ਮੈਂ ਉੱਪਰ ਲਾ ਦੂੰਗੀ। ਹਾਂ ਦੇਖੋ ਮੇਰੇ ਕੋਲ ਇਹ ਮਸ਼ੀਨ ਦੇ ਹੁੰਦੇ ਟਾਂਕੇ ਸਟਿਚਿਸ ਜਿਹੜੇ ਹੈਗੇ ਨੇ, ਇਹ ਨੀਚੇ ਵਾਲੇ ਜਿਹੇ ਸਟਿੱਚ ਆ ਉਹਨਾਂ ਲਈ ਆਪਾਂ ਇੱਥੇ ਐਸ ਐਸ 'ਤੇ ਕਰ ਲੈਂਦੇ ਹਾਂ ਮਸ਼ੀਨ ਨੂੰ, ਅਤੇ ਨੀਚੇ ਵਾਲੇ ਥੋੜ੍ਹੇ ਹੋਰ ਡਿਜ਼ਾਈਨਰ ਹੁੰਦੇ ਨੇ। ਆਪਾਂ ਇਸ ਵੇਲੇ ਉੱਪਰ ਵਾਲਾ ਜਿਗਜ਼ੈਗ ਵਾਲਾ ਹੀ ਲਾਉਣਾ ਹੈਗਾ ਕਿਉਂਕਿ ਇੱਕੋ ਸਿਲਾਈ ਦੇ ਵਿੱਚ ਜਿਹੜੀ ਆਪਣੀ ਕਿਨਾਰੀ ਆ ਲੱਗ ਜਾਵੇ ਅਤੇ ਆਪਾਂ ਨੂੰ ਦੋ ਸਿਲਾਈਆਂ ਨਾ ਮਾਰਨੀਆਂ ਪੈਣ। ਇਸ ਕਰਕੇ ਦੇਖੋ ਮੈਂ ਇੱਥੇ ਕਰਕੇ ਇਹਨੂੰ ਬਕੀਏ 'ਤੇ ਇੰਨੇ ਕਰਕੇ ਅਤੇ ਇਹਨੂੰ ਮੈਂ ਸੀਟ 'ਤੇ ਡੀ 'ਤੇ ਕਰ ਲੂੰਗੀ ਜਿਗਜ਼ੈਗ ਵਾਲੀ 'ਤੇ। ਬੀ ਆ, ਇਹ ਸੀ ਆ ਅਤੇ ਇਹ ਹੈਗਾ ਡੀ। ਹੁਣ ਦੇਖੋ ਇੱਕੋ ਵਾਲੀ ਸਿਲਾਈ 'ਚ ਇੱਕੋ ਸਿਲਾਈ 'ਚ ਹੀ ਲੱਗ ਜਾਣਾ ਹੈਗਾ ਮੇਰਾ, ਦੋ ਦੋ ਸਿਲਾਈਆਂ ਨਹੀਂ ਮਾਰਨੀਆਂ, ਜਿਗਜ਼ੈਗ ਨਾਲ ਇੱਕੋ ਸਿਲਾਈ 'ਚ ਲੱਗ ਜਾਂਦਾ ਹੈਗਾ ਇਹ। ਕਿਨਾਰੀ ਵਗੈਰਾ ਬਰੀਕ ਜਿਹੜੀ ਹੁੰਦੀ ਹੈ ਬੜੇ ਆਰਾਮ ਨਾਲ ਲਾ ਲੈਂਦੇ ਆਪਾਂ ਇੱਥੇ। ਇੱਕ ਮੈਂ ਲਾ ਲਈ ਹੈ ਅਤੇ ਦੂਜੀ ਮੈਂ ਲਾ ਦੂੰਗੀ। ਹੁਣ ਨਿਸ਼ਾਨ ਜਿੱਥੇ ਲਾਏ ਹੋਏ ਸੀ ਨਿਸ਼ਾਨ ਦੇ ਨਾਲ ਨਿਸ਼ਾਨ ਮਿਲਾ ਕੇ ਮੈਂ ਇਹਨੂੰ ਲਾਤਾ। ਪੱਖਾ ਚੱਲਦੇ ਉੱਪਰ ਥੋੜ੍ਹਾ ਮੈਨੂੰ ਪ੍ਰੋਬਲਮ ਆ ਰਹੀ ਹੈ ਕਿ ਵਿੱਚ ਨਾ ਸੀਣ ਦੇ ਸੀਣ ਆ ਜਾਵੇ ਅਤੇ ਮੈਨੂੰ ਦੁਬਾਰਾ ਦੇੜਨਾ ਪੈ ਜੂਗਾ, ਇਸ ਕਰਕੇ ਮੈਂ ਬਹੁਤ ਧਿਆਨ ਨਾਲ ਕਰ ਰਹੀ ਹਾਂ। ਜੇ ਪੱਖਾ ਬੰਦ ਕਰੀਏ ਤਾਂ ਗਰਮੀ ਲੱਗਦੀ, ਇਸ ਕਰਕੇ ਥੋੜ੍ਹਾ ਪੱਖੇ ਥੱਲੇ ਆਪਾਂ ਨੂੰ ਸਿਲਾਈ ਕਰਨ 'ਚ ਔਖੀ ਹੁੰਦੀ ਆ। ਹੁਣ ਮੈਂ ਇਹਨੂੰ ਕਰ ਦੂੰਗੀ ਸਿਲਾਈ, ਇਹਦੀ ਉਹ ਮੈਂ ਲਾ ਲਿਆ ਹੋਇਆ ਕਿਨਾਰੀ ਦੋਨਾਂ ਪਾਸਿਆਂ 'ਤੇ ਲਾ ਲਈ ਆ। ਹੁਣ ਇਹਨੂੰ ਫੋਲਡ ਕਰਕੇ ਬਸ ਸੀਣਾ ਦੋ ਲਾ ਦੇਣੀਆਂ ਨੇ। ਪਹਿਲਾਂ ਇੱਕ ਪਾਸੇ ਕਰ ਲੂੰਗੀ ਫੋਲਡ, ਅੱਧੀ ਕੀਤੀ ਹੈ ਪਹਿਲਾਂ ਮੈਂ, ਇੱਕ ਪਾਸਾ ਫੋਲਡ ਕੀਤਾ ਅੱਧੀ ਸਿਲਾਈ 'ਤੇ। ਦੇਖੋ ਇਹਦੇ ਉੱਪਰ ਕੱਟਰ ਵੀ ਲੱਗਿਆ ਹੁੰਦਾ ਮਸ਼ੀਨ ਦੇ, ਅਤੇ ਉੱਪਰ ਇੱਦਾਂ ਹੀ ਕੱਟਿਆ ਜਾਂਦਾ ਆ। ਧਾਗਾ ਕੱਟਣ ਲਈ ਆਪਾਂ ਨੂੰ ਵੱਖਰਾ ਨਹੀਂ ਮਸ਼ੀਨ ਚੱਕਣਾ ਪੈਂਦਾ ਕੋਈ ਕੱਟਰ ਵਗੈਰਾ। ਇੱਧਰ ਵੀ ਮੈਂ ਅੱਧੀ ਸੀਣ ਲਾਊਂਗੀ ਪਹਿਲਾਂ, ਫਿਰ ਮੈਂ ਦੂਸਰਾ ਪਾਸਾ ਫੋਲਡ ਕਰੂੰਗੀ। ਪਹਿਲਾਂ ਮੈਂ ਇੱਕ ਪਾਸਾ ਫੋਲਡ ਕੀਤਾ ਫਿਰ ਦੂਸਰਾ ਪਾਸਾ ਫੋਲਡ ਕਰੂੰਗੀ। ਕੁਸ਼ਨ ਨੂੰ ਕੁਛ ਵੀ ਟਾਈਮ ਨਹੀਂ ਲੱਗਿਆ, 15 ਮਿੰਟ ਵੀ ਨਹੀਂ ਲੱਗੇ ਅਤੇ ਕਿੰਨਾ ਸੋਹਣਾ ਕੁਸ਼ਨ ਬਣ ਕੇ ਤਿਆਰ ਹੋ ਗਿਆ ਆਪਣਾ। ਬਚਿਆ ਹੋਇਆ ਕੱਪੜੇ ਕਈ ਵਾਰੀ ਆਪਣੇ ਐਵੇਂ ਰੋਲਦੇ ਰਹਿੰਦੇ, ਆਪਾਂ ਨੂੰ ਨਹੀਂ ਹੁੰਦਾ ਕਿ ਕੀ ਕਰੀਏ ਇਹਨਾਂ ਦਾ। ਕਿਸੇ ਵੀ ਤਰ੍ਹਾਂ ਦੇ ਪ੍ਰਿੰਟਡ ਪਲੇਨ ਆਪਾਂ ਕਿਸੇ ਵੀ ਤਰ੍ਹਾਂ ਦਾ ਕੁਸ਼ਨ ਬਣਾ ਸਕਦੇ ਹਾਂ, ਹਰ ਤਰ੍ਹਾਂ ਦੇ ਅੱਜ ਕੱਲ੍ਹ ਚੱਲਦੇ ਆ ਅਲੱਗ ਅਲੱਗ ਤਰ੍ਹਾਂ ਦੇ ਕੁਸ਼ਨ ਜਿਹੜੇ ਹੁੰਦੇ ਆ ਰੱਖੇ ਵਧੀਆ ਲੱਗਦੇ ਨੇ। ਹੁਣ ਇੱਕ ਪਾਸਾ ਫੋਲਡ ਕਰ ਲਿਆ ਮੈਂ, ਹੁਣ ਇੱਦਾਂ ਹੀ ਦੂਸਰਾ ਕਰ ਦੂੰਗੀ। ਦੇਖੋ ਇੱਕ ਪਾਸਾ ਫੋਲਡ ਹੋ ਗਿਆ, ਦੂਸਰਾ ਦੇ ਉੱਪਰ ਰੱਖ ਕੇ ਮੈਂ ਕਰ ਦੇਣਾ ਆ। ਨਿਸ਼ਾਨ ਮੇਰਾ ਲਾਇਆ ਹੋਇਆ ਹੈਗਾ, ਉਹੀ ਨਿਸ਼ਾਨ ਤੋਂ ਰੱਖ ਕੇ ਮੈਂ ਫੋਲਡ ਕਰ ਦੂੰਗੀ। ਬਸ ਤੁਸੀਂ ਨਿਸ਼ਾਨ ਧਿਆਨ ਨਾਲ ਇੱਕ ਵਾਰ ਲਾ ਲੈਣਾ, ਫਿਰ ਬਹੁਤ ਸੌਖਾ ਹੋ ਜਾਂਦਾ ਆ। ਜਿਹੜੇ ਬਿਗਨਰਸ ਵੀ ਜਿਨ੍ਹਾਂ ਨੇ ਨਹੀਂ ਕਦੇ ਸਿਲਾਈ ਕੀਤੀ ਬੜੇ ਆਰਾਮ ਨਾਲ ਸੀ ਸਕਦੇ, ਇਹਨੂੰ ਕੁਛ ਵੀ ਨਹੀਂ ਔਖਾ ਹੈਗਾ। ਦੇਖੋ ਉੱਪਰ ਇਹਦੇ ਫੋਲਡ ਕਰਕੇ ਉੱਪਰ ਚੜਾ ਕੇ ਮੈਂ ਇਹਦੀ ਦੂਸਰੀ ਲਾਤੀ ਹੈਗੀ ਆ ਫੋਲਡ। ਹੁਣ ਇੱਦਾਂ ਹੀ ਮੈਂ ਦੂਸਰੇ ਪਾਸੇ ਵੀ ਲਾ ਦੂੰਗੀ। ਇੱਦਾਂ ਹੀ ਬਚੇ ਹੋਏ ਕੱਪੜੇ ਆਪਣੇ ਬਹੁਤ ਬਚੇ ਰਹਿੰਦੇ, ਕਈ ਵਾਰ ਜਿਹੜੇ ਆਪ ਘਰ 'ਚ ਸਿਲਾਈ ਕਰਦੇ ਉਹਨਾਂ ਤਾਂ ਬਹੁਤ ਕੱਪੜਾ ਬਚਿਆ ਰਹਿੰਦਾ ਆ। ਅਤੇ ਉੱਦਾਂ ਵੀ ਕਈ ਵਾਰੀ ਆਪਾਂ ਜੇ ਆਪਾਂ ਨੂੰ ਟੇਲਰ ਵਗੈਰਾ ਤੋਂ ਕੱਪੜਾ ਸਵਾਉਂਦੇ ਹਾਂ ਤਾਂ ਵਾਪਸ ਲੈ ਸਕਦੇ ਜੇ ਆਪਣੇ ਕੋਲ ਪਲੇਨ ਕੱਪੜਾ ਹੁੰਦਾ ਆ, ਆਪਾਂ ਉਹ ਕਈ ਵਾਰੀ ਮੋੜ ਦਿੰਦੇ ਆਪਾਂ ਅਤੇ ਆਪਾਂ ਕਿਸੇ ਵੀ ਤਰ੍ਹਾਂ ਉਹਨੂੰ ਕੁਛ ਨਾ, ਜਾਂ ਆਪਾਂ ਬਾਜ਼ਾਰ ਜਾਂਦੇ ਕਈ ਵਾਰ ਪੀਸ ਮਿਲ ਜਾਂਦੇ ਆਪਾਂ ਤੁਲਵੇਂ ਕੱਪੜੇ 'ਚ, ਬਹੁਤ ਸੋਹਣੇ ਸੋਹਣੇ ਪੀਸ ਹੁੰਦੇ ਆਪਾਂ ਘਰ ਲਿਆ ਕੇ ਉਹਨਾਂ ਦਾ ਛੋਟਾ ਛੋਟਾ ਸਮਾਨ ਕਰ ਸਕਦੇ ਅਤੇ ਨਾਲ ਸਿੱਖ ਸਕਦੇ। ਹੁਣ ਇਹਨੂੰ ਕਰ ਦੂੰਗੀ ਸਿੱਧਾ, ਕਵਰ ਲੈਪਣ ਤਿਆਰ ਵੀ ਹੋ ਗਿਆ। ਦੇਖੋ ਇਹਨੂੰ ਮੈਂ ਤੁਹਾਡੇ ਉੱਪਰ ਚੜਾ ਹੁਣ ਕਰਕੇ ਦੇਖਦੀ ਹਾਂ, ਚੜਾ ਕੇ ਦਿਖਾਉਂਦੀ ਤੁਹਾਨੂੰ। ਦੇਖੋ ਸਿੰਪਲ ਜੀ ਕਿਨਾਰੀ ਲਾਈ ਹੈ, ਕਿੰਨਾ ਸੋਹਣਾ ਕੁਸ਼ਨ ਕਵਰ ਤਿਆਰ ਹੋ ਗਿਆ। ਮਾੜਾ ਜਿਹਾ ਕੰਮ ਸੀ, ਦੇਖੋ ਇੱਦਾਂ ਦੇ ਉੱਪਰ ਮੈਂ ਕਰਦਿਆ ਹੈਗਾ ਇਹਨੂੰ। ਇੱਥੇ ਤੁਸੀਂ ਕੋਈ ਪਿੰਨ ਵੀ ਲਾ ਸਕਦੇ ਜਾਂ ਕੁਛ ਵੀ ਜਿਪ ਲਾ ਸਕਦੇ, ਪਰ ਇੱਦਾਂ ਵੀ ਠੀਕ ਆ, ਕੁਛ ਨਹੀਂ ਹੁੰਦਾ ਹੈਗਾ। ਬਹੁਤ ਸੋਹਣਾ ਕੁਸ਼ਨ ਕਵਰ ਹੋ ਗਿਆ ਤਿਆਰ। ਤੁਸੀਂ ਵੀ ਇੱਦਾਂ ਬਣਾ ਕੇ ਦੇਖੋ ਅਤੇ ਆਪਣਾ ਐਕਸਪੀਰੀਅੰਸ ਦੱਸੋ ਤੁਹਾਡਾ ਕਿੱਦਾਂ ਦਾ ਬਣਿਆ ਆ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਬਾਏ ਬਾਏ।